ਉਹਨਾਂ ਦੇ ਲਈ ਜਿਹੜੀ ਲੋਕਲ ਵੱਲੋਂ ਕੀਤੀ ਗਈ ਆਫ ਰੋਡਿੰਗ ਦੇ ਟਰੈਕਸ ਜਿੱਦਾਂ ਬਾਈਕਸ ਭਜਾਉਣੇ ਜਾਂ ਕੁਛ ਕਰਨੇ ਉਹਨਾਂ ਲਈ ਇੱਕ ਟਰੈਕ ਬਣਾਏ ਗਏ ਜਿੱਦਾਂ ਆਪਣੇ ਪੰਜਾਬ 'ਚ ਵੇਖਿਆ ਜਾਵੇ ਤਾਂ ਊਬਰ ਆਰ ਮਿਲਾ ਕੇ ਸਾਰਾ ਬਹੁਤ ਘੈਂਟ ਵਿਊ ਆ ਜਿੱਥੇ ਜਿੱਥੇ ਆਹ ਚਿੱਟੀ ਚਿੱਟੀ ਬਿਲਡਿੰਗ ਇਹ ਇਹਨਾਂ ਦੀ ਮੋਨਸਟਰੀ ਦੇ ਨਿਸ਼ਾਨ ਹੁੰਦੇ ਆ ਇਹਨਾਂ ਦੇ ਲਾਮਾਸ ਇੱਥੇ ਆਏ ਆ ਇੱਥੇ ਤਪ ਕੀਤਾ ਇੱਧਰਲੇ ਪਾਸੇ ਝਾਕਾ ਬਾਕਾ ਦੇਖੀ ਤੇ ਖਾਣ ਪੀਣ ਦਾ ਜਗਾੜ ਉੱਧਰ ਪੰਪ ਆ ਤੇ ਇੱਧਰ ਆਪਣਾ ਹੁਣ ਮੋੜ ਆ ਗਿਆ ਰਸਤੇ ਹੁੰਦਰ ਦੇ ਇਸ ਪੰਪ ਤੋਂ ਅਸੀਂ ਪਵਾਇਆ ਅੱਛਾ 20 ਕਿਲੋਮੀਟਰ ਪਹਿਲਾਂ ਹੁੰਦਰ ਉੱਤੋਂ ਫਿਊਲ ਟੈਂਕ ਫਿਊਲਅਪ ਕਰਾਇਆ ਅਤੇ ਆਹ ਪੰਪ ਆ ਜੀ ਇਸ ਤੋਂ ਬਾਅਦ ਅਸੀਂ ਇੱਧਰ ਨੂੰ ਨੁਬਰਾ ਤੁਰਤ ਕੱਲ ਨੂੰ ਇਹ ਮੋੜ ਤੋਂ ਐਂ ਨੂੰ ਮੁੜ ਗਏ ਹਾਂ ਜਿਹੜੀ ਉਹ ਸਿੱਧੀ ਰੋਡ ਜਾਂਦੀ ਹੈ ਉਹ ਚੱਲ ਜਾਂਦੀ ਹੈ ਤੁਹਾਨੂੰ ਸਿੱਧਾ ਚਾਈਨਾ ਬਾਰਡਰ ਦੇ ਨਾਲ ਕਿਹੜਾ ਦੱਸਦੇ ਭਾਅ ਜੀ ਚੈਂਗਲਾ ਸੀਆਚਿਨ ਬਾਰਡਰ ਉਹਦੇ ਨਾਲ ਜਾ ਲੱਗਦੀ ਹੈ ਸੀਆਚਿਨ ਦੀ ਕਾਫੀ ਮੂਵੀਜ਼ ਵੀ ਬਣੀਆਂ ਹੋਈਆਂ ਨੇ ਜਿੱਥੇ ਉਹਨਾਂ ਨੇ ਹੁਣ ਆਪਣਾ ਹਰਬੀਰ ਪ੍ਰਤਾਪ ਸਿੰਘ ਨੇ 17 ਚੀਨੀ ਮਾਰੇ ਉੱਥੇ ਉਹ ਉਸੇ ਜਗ੍ਹਾ 'ਤੇ ਮਾਰੇ ਸੋ ਜਿਹੜੀ ਇੱਥੇ ਸੈਂਡਸ ਆ ਉਹਦੇ ਨਾਲ ਦਾ ਪਾਣੀ ਮੰਨੋ ਵੀ ਸੀਮਿੰਟ ਵਰਗਾ ਰੰਗ ਆ ਹੁਣ ਭਾਜੀ ਦਾ ਵੀ ਉਹੀ ਪ੍ਰੋਫੈਸ਼ਨ ਆ ਭਾਜੀ ਉਹ ਮਿੱਟੀ ਵਰਗਾ ਹੀ ਰੇਤਾ ਵਰਗੀ ਰੇਤਾ ਯੈਸ ਅਤੇ ਇੱਥੋਂ ਦੇ ਲੋਕ ਇਹਨਾਂ ਦੇ ਨਾਲ ਇੱਟਾਂ ਬਣਾ ਕੇ ਆਪਦਾ ਘਰ ਬਣਾਉਂਦੇ ਨੇ ਜਿਵੇਂ ਉਹ ਸਾਹਮਣੇ ਘਰ ਬਣਿਆ ਗੱਲ ਕੀਤੀ ਜਾਵੇ ਸੜਕਾਂ ਦੀ ਕਿਤੇ ਕਿਤੇ ਬਹੁਤ ਆਫ ਰੋਡ ਪੈਚਿਸ ਨੇ ਘੱਟੋ ਘੱਟ ਅਸੀਂ 40 ਕਿਲੋਮੀਟਰ ਦਾ ਭਾਜੀ ਪੈਚ ਕਰਕੇ ਆਏ ਹਾਂ 40 ਕਿਲੋਮੀਟਰ ਦਾ ਪੈਚ ਸੀਗਾ ਜਿਹੜਾ ਬਹੁਤ ਜ਼ਿਆਦਾ ਆਫ ਰੋਡਿੰਗ ਅਤੇ ਹੁਣ ਤੋਂ ਬਾਅਦ 'ਚ ਰਾਹਤ ਮਿਲੀ ਆ ਥੋੜ੍ਹੀ ਸੜਕ ਨੂੰ ਵੇਖ ਕੇ ਜੇ ਆਪਾਂ ਕਹੀਏ ਵੀ ਪੂਰੀ ਆਲ ਰੋਡ ਮੱਖਣ ਮਲਾਈ ਆ ਉਹ ਚੀਜ਼ ਨਹੀਂ ਹਾਂ ਵੀ ਕਹਿ ਸਕਦੇ ਹੋ 60 ਤੋਂ 70% ਸਹੀ ਆ ਏਰੀਆ ਦੇ ਹਿਸਾਬ ਨਾਲ ਬਹੁਤ ਵਧੀਆ ਫਿਰ ਕੇ ਹਾਂ ਏਰੀਆ ਦੇ ਹਿਸਾਬ ਨਾਲ ਵੀ ਜਿੰਨਾ ਕੁ ਇੱਥੇ ਦੇ ਸਕਦੀ ਜੀ ਵੀ ਯਾਰ ਉਹਨਾਂ ਕੁ ਦੇ ਰਹੀ ਜਿਸ ਹਿਸਾਬ ਨਾਲ ਦੀਦਾ ਕੁਛ ਨਹੀਂ ਉਸ ਹਿਸਾਬ ਨਾਲ ਬਹੁਤ ਵਧੀਆ ਡਿਸਕਟ ਇੱਥੋਂ ਰਹਿ ਗਿਆ 13 ਕਿਲੋਮੀਟਰ ਸੋ ਇੱਥੇ ਲੋਕਾਂ ਦੀਆਂ ਖੇਡ ਪਰਚਾਵੇ ਲਈ ਆ ਗੱਡੀਆਂ ਇਹਨਾਂ ਵਿੱਚ ਬੱਸਾਂ ਦਾ ਹਿਸਾਬ ਤਾਂ ਵੀ ਪੂਰਾ ਜੇ ਐਂਡ ਕੇ ਨੇ ਪੂਰਾ ਨਿਭਾਇਆ ਹੋਇਆ ਜਿਹੜੀ ਨੁਬਰਾ ਤੁਰ ਤੱਕ ਨੂੰ ਉਹਦੇ ਨਾਲ ਜੋੜਦੀ ਪੈਂਗੁਇੰਗ ਤੱਕ ਇਹ ਬੱਸਾਂ ਜਾਂਦੀਆਂ ਨੇ ਰੋਡ ਸਿੰਗਲ ਹੈ ਇੱਕ ਦੂਜੇ ਨੂੰ ਦੇਖਦੇ ਹੋਏ ਰੋਡ ਤੋਂ ਜਾਣ ਆਹ ਦਿਖਾਉਂਦਾ ਹੋਇਆ ਬੰਦਾ ਪੂਰਾ ਆਪਣਾ ਹਿਸਾਬ ਕਿਤਾਬ ਸਿਸਟਮ ਰੇਤੀ 'ਤੇ ਭਜਾਉਂਦਾ ਸੋ ਇੱਥੋਂ ਦੀ ਸੜਕਾਂ ਦੇ ਨਾਲ ਨਾਲ ਚੱਲਦੇ ਵਿਊ ਸੜਕਾਂ ਦਾ ਦੁੱਖ ਨੂੰ ਅਲੋਪ ਕਰ ਦਿੰਦੇ ਆ ਸਹੀ ਗੱਲ ਆ ਭਾਅ ਜੀ ਕਿ ਨਹੀਂ ਹਾਂਜੀ ਬੰਦਿਆਂ ਦੀ ਸਾਰਿਆਂ ਦੀ ਬੱਸ ਹੋਈ ਹੈ ਦੇਖ ਕੇ ਇੱਕੋ ਜਿਹੇ ਪਹਾੜ ਪਰ ਹਰ ਵੇਲੇ ਹਰ ਮੋੜ 'ਤੇ ਨਵਾਂ ਪਹਾੜ ਅਤੇ ਨਵਾਂ ਰੰਗ ਦਿੰਦਾ ਹੈ ਪਹਿਲਾਂ ਸੀ ਮਿੱਟੀ ਦੇ ਟਿੱਲੇ ਅਤੇ ਹੁਣ ਆ ਗਈ ਆ ਪਥਰੀਲੇ ਪਹਾੜ ਜਿਨ੍ਹਾਂ ਦੀ ਮੁਰੰਮਤ ਹੁਣ ਚੱਲੀ ਜਾਂਦੀ ਹੈ ਸੋ ਜੀ ਹੁਣ ਪਹੁੰਚ ਚੁੱਕੇ ਹਾਂ ਅਸੀਂ ਐਜ਼ ਅ ਪਿੰਡ ਡਿਸਕਟ ਡਿਸਕਟ ਦੇ ਵਿੱਚ ਇੱਕ ਮੋਨਸਟਰੀ ਬੜੀ ਮਸ਼ਹੂਰ ਆ ਅਤੇ ਇੱਥੋਂ ਦੀ ਥੋੜ੍ਹੀ ਬਹੁਤ ਗ੍ਰੀਨਰੀ ਸਾਡਾ ਵਿਚਾਰ ਅੱਗੇ ਜਾਣ ਦਾ ਤੁਰਤਕ ਜਾਂ ਅਗਲੇ ਪਾਸੇ ਉਹ ਡਿਸਕਟ ਦਾ ਇਹ ਛੋਟਾ ਜਿਹਾ ਪਿੰਡ ਛੋਟਾ ਜਿਹਾ ਨਹੀਂ ਕਹਿ ਸਕਦੇ ਖੂਬਸੂਰਤ ਸੋਹਣਾ ਜਿਹਾ ਪਿੰਡ ਘੱਟੋ ਘੱਟ ਆਬਾਦੀ ਹੋਊਗੀ 2000 ਜਾਂ 4000 ਦੇ ਤਕਰੀਬਨ ਠੀਕ ਗੱਲ ਕਿ ਨਹੀਂ ਭਾਅ ਜੀ ਅਤੇ ਰੋਡ ਫਿਰ ਹੁਣ ਥੋੜ੍ਹੀਆਂ ਬਿਹਤਰ ਹੋ ਗਈਆਂ ਜਿੱਥੇ ਬੱਸੋਂ ਆ ਜਿੱਥੇ ਆਰਮੀ ਦਾ ਬੇਸ ਕੈਂਪ ਉੱਥੇ ਬਹੁਤ ਸੋਹਣੀਆਂ ਰੂਟ ਨੇ BRO ਨਾਲ ਦੀ ਨਾਲ ਅਪਡੇਟ ਕਰਦੀ ਰਹਿੰਦੀ ਦੇਖੋ ਜੀ ਬਦਲਦੇ ਪਹਾੜਾਂ ਦੀ ਦਿਸ਼ਾ ਹੁਣ ਪੂਰੇ ਮਿੱਟੀ ਦੇ ਰੇਤੀਲੇ ਪਹਾੜ ਆ ਗਏ ਆ ਠੰਡ ਪੂਰੀ ਵਧੀਆ ਆ ਦੇਖਿਆ ਜਾਵੇ ਤਾਂ ਐਵੇਂ ਪ੍ਰਤੀਤ ਹੁੰਦਾ ਵੀ ਰੇਗਿਸਤਾਨ ਆ ਗਏ ਪਰ ਐਕਚੁਅਲ 'ਚ ਰੇਗਿਸਤਾਨ ਨਹੀਂ ਜਦੋਂ ਇਹੋ ਜਿਹੇ ਵਿਊ ਦੇਖ ਲੈਂਦੇ ਮਾਇੰਡ ਵੀ ਨਹੀਂ ਭਾਈ ਤੂੰ ਲੇਹ ਲਦਾਖ 'ਚ ਤਾਂ ਹੀ ਕਿਹਾ ਜਾਂਦਾ ਦੁਨੀਆ ਦਾ ਸਭ ਤੋਂ ਠੰਡਾ ਉੱਚਾ ਅਤੇ ਕੋਲਡ ਡੈਜ਼ਰਟ ਮਰੂਥਲ ਦੁਨੀਆ ਦਾ ਸਭ ਤੋਂ ਉੱਚਾ ਮਰੂਥਲ ਸੋ ਇਹੋ ਜਿਹਾ ਹਿਸਾਬ ਕਿਤਾਬ ਅਤੇ ਝਾਕਾ ਬਾਕਾ ਸੋ ਆਹ ਹਿਸਾਬ ਕਿਤਾਬ ਹੈ ਜੀ ਮਿੱਟੀ ਦੇ ਟਿੱਬੇ ਬਣੇ ਹੋਏ ਨੇ ਰੇਤੇ ਦੇ ਟਿੱਬੇ ਆਲੇ ਦੁਆਲੇ ਸੈਂਡ ਡੂਨਸ ਇਹੋ ਜਿਹੀ ਨੌਲੇਜ ਦੇ ਪਹਾੜ ਭਾਜੀ ਨੂੰ ਬਹੁਤ ਕਾਫੀ ਚੀਜ਼ਾਂ ਦੀ ਨੌਲੇਜ ਹੁੰਦੀ ਹੈ ਅਤੇ ਜਿੱਥੇ ਡਬਲ ਕੁੱਪੇ ਵਾਲੇ ਊਂਠ ਤੁਸੀਂ ਦੇਖੇ ਹੋਣੇ ਦੁਨੀਆ ਦੇ ਵਿੱਚ ਅਤੇ ਉਹ ਇੱਥੇ ਹੀ ਮਿਲਦੇ ਆ ਹੋ ਸਕੇ ਅੱਜ ਸਾਨੂੰ ਕੋਈ ਵਧੀਆ ਚੀਜ਼ ਲੱਭਦੀ ਹੋਈ ਤਾਂ ਅਸੀਂ ਜ਼ਰੂਰ ਰਾਈਡ ਕਰਕੇ ਤੁਹਾਨੂੰ ਦਿਖਾਵਾਂਗੇ ਸੋ ਇਹ ਇੱਥੋਂ ਦਾ ਝਾਕਾ ਬਾਕਾ ਹੈ ਪਿਆ ਇੰਟਰਸਟ ਦੀ ਇਸ ਖੂਬਸੂਰਤ ਵਿਊ ਦੇ ਨਾਲ ਮੋਨਸਟਰੀ ਬਹੁਤ ਸੋਹਣੀ ਜੱਚਦੀ ਹੈ ਇਹਨਾਂ ਪਹਾੜਾਂ ਦੇ ਵਿੱਚ
ਬਿਸਕਟ ਦੀ ਮਸ਼ਹੂਰ ਹੁਣ ਕਿੱਥੇ ਦੀ ਭਾਜੀ ਹੁੰਡਰਸ ਦੀ ਮਸ਼ਹੂਰ ਮੋਨੈਸਟਰੀ ਹੈ ਜੀ ਜਿੱਥੇ ਇਹਨਾਂ ਦੇ ਕਈ ਲਾਮਾਜ਼ ਆ ਕੇ ਬਹਿ ਕੇ ਗੱਲਾਂ ਬਾਤਾਂ ਕਰਕੇ ਗਏ ਨੇ ਉਸ ਮਠ ਜਿੱਥੇ ਜਿੱਥੇ ਆ ਤੁਹਾਨੂੰ ਮੱਠ ਲੱਭਦੇ ਆ ਇਹ ਉੱਥੇ ਇੱਥੇ ਦੇ ਆ ਕੇ ਤਪ ਕਰਦੇ ਨੇ ਅਤੇ ਜਦੋਂ ਉਹ ਬੰਦਾ ਉੱਥੇ ਚੜ੍ਹਾਈ ਕਰ ਦੇਣਾ ਫਿਰ ਉੱਥੇ ਉਹਦੇ ਮੱਠ ਬਣਾ ਦਿੰਦੇ ਇਹਨਾਂ ਮੱਠਾਂ ਦੇ ਵਿੱਚ ਜਾਣ ਦੀ ਇਜਾਜ਼ਤ ਸਿਰਫ ਇਹਨਾਂ ਲੋਕਾਂ ਨੂੰ ਹੀ ਹੁੰਦੀ ਹੈ ਅਤੇ ਜਿਹੜੀਆਂ ਤੁਸੀਂ ਛੋਟੀ ਛੋਟੀ ਗੁਫਾਵਾਂ ਵੇਖਦੇ ਹੋ ਇਹਨਾਂ ਦੇ ਵਿੱਚ ਇਹਨਾਂ ਦਾ ਟਾਈਮ ਪੀਰੀਅਡ ਹੁੰਦਾ ਬਿਤਾਉਣ ਦਾ ਇੱਕ ਗੁਫਾ ਤੋਂ ਬਾਹਰ ਆਉਣ ਦਾ ਰਾਹ ਉਦੋਂ ਮਿਲਦਾ ਜਦ ਤੁਸੀਂ ਜਵਾਬ ਦਿੰਦੇ ਹੋ ਇਹੋ ਜਿਹਾ ਕੁਛ ਝਾਕਾ ਬਾਕਾ ਦੇਖਣ ਲਈ ਹਸੀਨ ਵਾਦੀਆਂ ਅਤੇ ਅਸੀਂ ਇੱਥੇ ਦਰਸ਼ਨ ਮੇਲੇ ਮਾਲਕ ਦੇ ਕੀਤੇ ਅੰਦਰ ਵੀਡੀਓ ਬਣਾਉਣੀ ਸਖ਼ਤ ਮਨਾ ਆ ਅਤੇ ਬਾਕੀ ਦੇਖਿਆ ਜਾਵੇ ਜਿਹੋ ਜਿਹਾ ਬਾਹਰ ਆ ਥੋੜ੍ਹਾ ਅੰਦਰ ਥੋੜ੍ਹਾ ਚੇਂਜ ਹੁੰਦਾ ਥੋੜ੍ਹਾ ਅੰਦਰ ਦਾ ਇਹੋ ਜਿਹਾ ਵਿਊ ਆ ਜੀ ਆਦਮਾਰੀ ਮਸ਼ੀਨ ਆਪਣੀ ਜਦੋਂ ਜ਼ਿਆਦਾ ਨਾਲ ਕੰਮ ਕਰੀ ਜਾਂਦੀ ਹੈ ਤੁਹਾਡੇ ਆਉਣ ਲਈ ਰਾਹਾਂ ਸੌਖੀਆਂ ਕਰਦੀ ਪਈ ਆ ਹੁੰਦੇ ਆ ਵੈਲ ਵਿਸ਼ਰਸ ਇਹ ਬਾਬਾ ਜੀ ਨਾਲੇ ਪਾਠ ਕਰੀ ਜਾਂਦੇ ਆ ਨਾਲੇ ਘੁਮਾਈ ਜਿਵੇਂ ਜਿਵੇਂ ਇਹ ਪੜਾਵ ਪਾਠ ਪੂਰਾ ਕਰਦੇ ਅਤੇ ਇੱਕ ਰਾਊਂਡ ਕਹਿੰਦੇ ਅਸੀਂ ਦੇ ਜਾਂਦੇ ਹਾਂ ਪੂਰੀ ਰਾਊਂਡ ਮੋਨੈਸਟਰੀ ਦਾ ਇੱਦਾਂ ਦੇ ਕੇ ਇਹਨਾਂ ਨੇ ਐਂ ਨਿਕਲਦੇ ਜਾਣਾ ਜੂਲੇ ਇਹਨਾਂ ਦਾ ਅਲਫਾਜ਼ ਜਿੱਦਾਂ ਆਪਣੀ ਸਤਿ ਸ਼੍ਰੀ ਅਕਾਲ ਆ ਇਹਨਾਂ ਦੀ ਜੂਲੇ ਆ ਜਿਸ ਧਰਮ ਤੋਂ ਨੇ ਉਸੇ ਧਰਮ ਨਾਲ ਉਵੇਂ ਚੱਲਦੇ ਆ ਇਹੋ ਜਿਹਾ ਇੱਥੋਂ ਦਾ ਝਾਕਾ ਬਾਕਾ ਹੁਣ ਪਹੁੰਚ ਗਏ ਹਾਂ ਜੀ ਸੀਆਚਿਨ ਬੇਸ ਕੈਂਪ ਆਰਮੀ ਨੇ ਇੱਥੇ ਆਪਣੀਆਂ ਸਾਰੀ ਫੈਸਿਲਿਟੀਜ਼ ਬੰਕਰ ਮਤਲਬ ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਰੱਖਿਆ ਹੋਇਆ ਇੱਥੇ ਇੱਥੋਂ ਦੇ ਹਿਸਾਬ ਨਾਲ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਸੁੱਖ ਸਹੂਲਤ ਕਾਫੀ ਮਿਲੀ ਹੋਈ ਆ ਆਰਮੀ ਕਰਕੇ ਇਹੋ ਜਿਹਾ ਦੇਖਣ ਦਾ ਵੀ ਸੜਕ ਵਧੀਆ ਜਿੱਥੇ ਆਰਮੀ ਜਿੱਥੇ ਹੈਗੀ ਆ ਉੱਥੇ ਸੜਕ ਬਹੁਤ ਘੈਂਟ ਜਿਹੜੇ ਪਿੰਡਾਂ ਨੂੰ ਜਾ ਰਹੇ ਸੀ ਉਹਦਾ ਝਾਕਾ ਬਾਕਾ ਸ਼ੁਰੂਆਤ ਹੋ ਚੁੱਕੀ ਆ ਇੱਦਾਂ ਦੇ ਵਿਊ ਦੇ ਨਾਲ ਆਲੇ ਦੁਆਲੇ ਬੰਜਰ ਪਹਾੜ ਜਿੱਥੇ ਲੋਕਾਂ ਦੀ ਬਸੋਂ ਉੱਥੇ ਗਰੀਨਰੀ ਮਿਲ ਜਾਂਦੀ ਹੈ ਸਾਹਮਣੇ ਜੋ ਦੀਦਾ ਹੈ ਉਹ ਹੈਗਾ ਜਦੋਂ ਅਸੀਂ ਕੱਲ੍ਹ ਪੈਂਗੋਂਗ ਲੇਕ ਨੂੰ ਜਾਵਾਂਗੇ ਉਹ ਰੋਡ ਵਾਲੇ ਪਾਸੇ ਪਹਾੜਾਂ ਦੀ ਡਾਇਰੈਕਸ਼ਨ ਟੋਟਲੀ ਚੇਂਜ ਹੋ ਜਾਏਗੀ ਤੁਰਕ ਤੋਂ ਨੁਬਰਾ ਵੈਲੀ ਤੋਂ ਪੈਂਗੋਂਗ ਲੇਕ ਉਹ ਅੱਗੇ ਵਧੀ ਜਾਣਾ ਅਤੇ ਇਹੋ ਜਿਹੇ ਵੱਡੇ ਵੱਡੇ ਸਿੰਘਾਂ ਨੇ ਜਿਹੋ ਜਿਹੇ ਮਹਾਰਾਸ਼ਟਰ 'ਚ ਹੁੰਦੀਆਂ ਨੇ ਗਾਵਾਂ ਵੀ ਕਹਿ ਸਕਦੇ ਯੋਗ ਵੀ ਕਹਿ ਯੋਗ ਵੀ ਠੰਡ ਦੇ ਹਿਸਾਬ ਨਾਲ ਉੱਦਾਂ ਦੇ ਕੁਦਰਤ ਨੇ ਇਹਨਾਂ ਨੂੰ ਜੱਤ ਪ੍ਰਗਟ ਕੀਤੀ ਹੁੰਦੀ ਹੈ ਇੱਥੇ ਜ਼ਿਆਦਾ ਭਾਲੂ ਅਤੇ ਬੇਰੀਜ਼ ਬਲਿਊਬੇਰੀਜ਼ ਉਹ ਜ਼ਿਆਦਾ ਇੱਥੇ ਆਪਣੇ ਆਪ ਹੀ ਕੁਦਰਤੀ ਤੌਰ 'ਤੇ ਲੱਗਦੀਆਂ ਨੇ ਜੰਗਲਾਂ 'ਚ ਰੂਹ ਨੂੰ ਮਤਲਬ ਦਰੱਖਤ ਮਿਲਣ ਤੋਂ ਦੇਖਣ ਤੋਂ ਬਾਅਦ ਅੱਖਾਂ ਨੂੰ ਬੜਾ ਸਕੂਨ ਮਿਲਿਆ ਬਾਕੀ ਗੱਲਾਂ ਦੀ ਗੱਲਾਂ ਨਾਲ ਸਹੀ ਗੱਲ ਹੈ ਭਾਅ ਜੀ ਕਿ ਨਹੀਂ ਹੈ ਨਾ ਜਦੋਂ ਇੰਨੇ ਚਿਰ ਬਾਅਦ ਤੁਸੀਂ ਪਹਾੜਾਂ ਰੇਤੇ ਲਈ ਪਹਾੜਾਂ ਦੇਖ ਕੇ ਹੁਣ ਹਰਿਆਲੀ ਦੇਖੀ ਨਾ ਹੁਣ ਤਾਂ ਮਤਲਬ ਪਹਾੜ ਦੇਖ ਕੇ ਵੀ ਅੱਖਾਂ ਕਹਿਣ ਲੱਗ ਪਏ ਬਸ ਕਰੋ ਯਾਰ ਕਿਤੇ ਬਹਿ ਜਾਓ ਆਰਾਮ ਨਾਲ ਡਿੱਗ ਜਾਓ ਇੱਦਾਂ ਹੋਣ ਲੱਗ ਪਏ ਇੱਥੇ ਜ਼ਿਆਦਾਤਰ ਜਿਹੜਾ ਮੰਜਰ ਜ਼ਮੀਨ ਦੇ ਵਿੱਚ ਜਿਹੜਾ ਦਰੱਖਤ ਲੱਗੇ ਹੋਏ ਨੇ ਬੇਰੀਆਂ ਦੇ ਨੇ ਬਲਿਊਬੇਰੀਜ਼ ਬੇਰੀਜ਼ ਪੈਪੇ ਬੇਰੀਜ਼ ਉਹ ਨੇ ਇਹਦੇ ਵਿੱਚ ਇੱਥੇ ਜ਼ਿਆਦਾ ਲੋਕ ਇੱਥੇ ਲੈ ਕੇ ਉਹੀ ਬੈਠੇ ਨੇ ਵੇਚਣ ਲਈ ਆਪਣਾ ਕਾਰੋਬਾਰ ਜਿਵੇਂ ਤਿਵੇਂ ਸਾਰਦੇ ਲਓ ਜੀ ਇਹ ਹੁਣ ਪੱਥਰਾਂ ਦਾ ਝਾਕਾ ਬਾਕਾ ਚੇਂਜ ਹੋਣ ਤੋਂ ਬਾਅਦ ਹੁਣ ਆਏ ਆ ਚਿੱਟੀ ਰੇਤਾ ਦੇ ਮੈਦਾਨਾਂ ਦੇ ਵਿੱਚ ਇਹਨਾਂ ਤਰਲ ਮੈਦਾਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਬੂਟੀਆਂ ਉੱਦਾਂ ਹੀ ਫਲਾਵਰ ਜਿਹੜੇ ਉੱਗੇ ਹੋਏ ਨੇ ਕੀ ਪਤਾ ਵੀ ਬੇਸ ਕੈਂਪ ਵੱਲੋਂ ਲਾਏ ਗਏ ਨੇ ਜਾਂ ਉੱਦਾਂ ਹੀ ਨੇ ਆਪ ਜੰਗਲ ਝਾੜ ਉਹਨੂੰ ਐਂ ਥੋੜ੍ਹਾ ਹੌਲ ਮਾਰ ਕੇ ਬੰਦੇ ਦਾ ਸਾਹਮਣੇ ਪਤਾ ਲੱਗ ਜਾਂਦਾ ਹੁਣ ਆ ਅਚਾਨਕ ਆਈ ਗੱਡੀ ਇੱਥੇ ਚੱਲਦਾ ਆ ਵੀ ਪੁਲ ਬਣਨ ਦਾ ਕੰਮ ਆ ਛੋਟਾ ਪੁਲ ਜਦੋਂ ਪਾਣੀ ਵੱਧ ਹੁੰਦਾ ਹੋਊਗਾ ਉਹਦੇ ਨਾਲ ਬਹਿ ਜਾਂਦਾ ਜਿਵੇਂ ਜਿਵੇਂ ਅਸੀਂ ਉੱਤਰ ਰਹੇ ਹਾਂ ਥੱਲੇ ਉਵੇਂ ਉਵੇਂ ਕੁਦਰਤ ਦਾ ਵਿਊ ਅਤੇ ਕਰਿਸ਼ਮੇ ਚਸ਼ਮੇ ਵੱਧਦੇ ਜਾਂਦੇ ਨੇ ਜਿਹੜਾ ਸਾਹਮਣੇ ਗਲੇਸ਼ੀਅਰ ਵਾਟਰ ਹੁੰਦਾ ਇਹ ਚਾਈਨਾ ਅਤੇ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜੇ ਆਪਣੇ ਤੁਰਤ ਵਾਲੇ ਪਾਸੇ ਪਹਾੜ ਨੇ ਗਲੇਸ਼ੀਅਰ ਦੇ ਉਹਨਾਂ ਤੋਂ ਇਹ ਗਲੇਸ਼ੀਅਰ ਵਾਟਰ ਆਉਂਦਾ ਦੇਖਣ ਦਾ ਵਿਊ ਬਹੁਤ ਚੰਗਾ ਕੁਦਰਤ ਮਿਹਰਬਾਨ ਹੈ ਇਸ ਏਰੀਏ ਲੋਕਾਂ ਨੇ ਆਪੋ ਕੱਢੇ ਹੋਏ ਇੱਥੇ ਕਿਸੇ ਸੰਤ ਦੀ ਬਾਬੇ ਦੀ ਸਿੱਖਾਂ ਕੰਸਟਰਕਸ਼ਨ ਏਰੀਏ ਨੇ ਇਹ ਪੁਲ ਨੂੰ ਉਹਦੇ ਨਾਲ ਸਿੱਧਾ ਕਨੈਕਟ ਕਰਦੇ ਨੇ ਵੀ ਦੋ ਰੋਡ ਦੇ ਪੁਲ ਬਣ ਗਏ ਸਮਾਨ
ਬਾਹਰ ਨੇੜੇ ਆਉਂਦਾ ਜਾਂਦਾ ਢਿੱਲੇ ਰੇਤ ਦੇ ਮਿੱਟੀ ਦੇ ਪਹਾੜ ਅਤੇ ਰੰਗ ਵੱਖੋ ਵੱਖਰੇ ਨੇ ਉਹ ਸਾਹਮਣੇ ਰੇਤ ਦੇ ਪਹਾੜ ਅਤੇ ਇਹਨਾਂ ਵਿੱਚੋਂ ਦੇਖੀਏ ਇੱਧਰ ਪਤਲੇ ਇੱਕ ਟਾਈਮ 'ਤੇ ਇੱਕ ਵਹੀਕਲ ਨਿਕਲੂਗਾ ਇਦੂ ਵੱਧ ਨਹੀਂ ਇੱਥੋਂ ਦੇ ਜਿਹੜਾ ਹਿਸਾਬ ਕਿਤਾਬ ਹੈ ਉਹ ਦੇਖਿਆ ਜਾਵੇ ਤਾਂ ਬਹੁਤ ਹੀ ਤਰਲ ਮੈਦਾਨ 'ਤੇ ਹੁਣ ਆਪਾਂ ਆ ਗਏ ਪਹਾੜਾਂ ਚੋਟੀਆਂ ਤੋਂ ਬਹੁਤ ਥੱਲੇ ਆਏ ਹਾਂ ਇਸ ਤੋਂ ਬਾਅਦ ਅੱਗੇ ਦਾ ਹਿਸਾਬ ਕਿਤਾਬ ਜਗ੍ਹਾ ਭਾਅ ਜੀ ਬੋਰਡ ਗੈਂਗ ਇੱਥੇ ਦੇ ਇਲਾਕੇ ਦੇ ਵਿੱਚ ਤੁਰ ਤੁਕ ਜਾਂਦੇ ਆ ਇਹ ਪਿੰਡ ਆਉਣਾ ਕਾਫੀ ਵੱਡਾ ਪਿੰਡ ਹੈ ਮੇਰੇ ਖਿਆਲ ਆਬਾਦੀ ਲੱਗਦੀ ਹੈ 5 ਤੋਂ 7 ਹਜ਼ਾਰ ਦੇ ਨੇੜੇ ਬੋਰਡ ਮੁਸਲਮਾਨ ਦੀ ਕੌਮ ਦੀ ਜ਼ਿਆਦਾ ਗਿਣਤੀ ਇੱਧਰਲੇ ਪਾਸੇ ਬਾਕੀ ਜਗ੍ਹਾ ਬਹੁਤੀਆਂ ਨਹੀਂ ਸੀ ਇੱਥੇ ਇੱਥੋਂ ਸਟਾਰਟ ਹੋ ਜਾਣਾ ਮੁਸਲਮਾਨੀ ਏਰੀਆ ਇੱਥੇ ਦੀ ਖੇਤੀਬਾੜੀ ਦੇ ਵਿੱਚ ਆ ਫੁੱਲਾਂ ਦੀ ਖੇਤੀ ਜ਼ਿਆਦਾ ਹੈ ਫੁੱਲਾਂ ਦਾ ਹਾਂ ਉੱਪਰਲੇ ਤੋਂ ਵਾਪਸ ਤੇ ਮੁੜ ਕੇ ਤਿਰਤੁਕ ਤੋਂ ਪੈਂਗੋਂ ਤੋਂ ਮੁੜ ਕੇ ਉਧਰ ਨੂੰ ਖਾਣ ਪੀਣ ਦਾ ਜਗਾੜ ਇੱਥੇ ਦੇ ਲੋਕਲ ਜਿਵੇਂ ਹੋਮ ਸਟੇ ਨੇ ਹੋਟਲਸ ਨੇ ਪਰ ਇਸ ਪਿੰਡ ਦੇ ਵਿੱਚ ਨਾ ਕੋਈ ਹੋਮ ਸਟੇ ਹੈ ਤੇ ਨਾ ਕੋਈ ਹੋਟਲ ਹੈ ਹਾਂਜੀ ਹਾਂਜੀ ਵਧੀਆ ਤੁਹਾਨੂੰ ਸਟੇ ਦੀ ਸਿਰਫ ਤੁਰਤੁਕ ਹੀ ਭਾਗ ਮਿਲੇਗੀ ਹਾਂ ਇੱਕ ਰਹੀ ਇਹੋ ਜਿਹੇ ਕੁਦਰਤੀ ਸੰਮੇ ਦੇ ਵਿੱਚ ਇਹ ਵਸਿਆ ਪਿੰਡ ਹੈ ਬਹੁਤ ਘਾਟ ਉੱਥੇ ਪੈ ਜਾਂਦੀ ਥੋੜ੍ਹੀ ਹਾਈਟ 'ਤੇ ਤੁਰਤੁਕ ਨੂੰ ਜਾਂਦੇ ਹੋਏ ਬੜਾ ਸੋਹਣਾ ਗਲੇਸ਼ੀਅਰ ਦਰਸ਼ਨ ਇਹੋ ਜਿਹਾ ਝਾਕਾ ਵਾਕਾ ਲਈ ਫਿਰਦੇ ਹਜੇ ਤੱਕ ਤੁਰਤੁਕ ਪਹੁੰਚਣ ਨੂੰ ਰਹਿ ਗਏ ਆ 4 ਕਿਲੋਮੀਟਰ ਇੰਡੀਆ ਦਾ ਲਾਸਟ ਵਿਲੇਜ ਜਿਹੜਾ 71 ਦੀ ਲੜਾਈ ਦੇ ਵਿੱਚ ਕੈਪਚਰ ਕੀਤਾ ਇੰਡੀਆ ਨੇ ਉਹਦੇ ਦਰਸ਼ਨ ਮਿਲਿਆ ਜੀ ਕਰਨ ਇੱਥੇ ਬਣਦੀ ਸੜਕ BRO ਵੱਲੋਂ ਬਹੁਤ ਜ਼ਬਰਦਸਤ ਕੰਮ ਹੋ ਰਿਹਾ ਇਹਨਾਂ ਦਾ ਆਉਣ ਵਾਲੇ 5-6 ਸਾਲਾਂ ਤੱਕ ਜਿਹੜੇ ਛੋਟੇ ਮੋਟੇ ਪੈਚ ਵਰਕ ਚੱਲਦੇ ਆ ਹੋ ਸਕਦਾ ਉਹ ਖਤਮ ਹੋ ਜਾਣਾ ਤੁਰਤ ਗਾਉਂ ਦੇ ਵਿੱਚ ਇਹ ਆ ਉਹਨਾਂ ਦਾ ਪਿੰਡ ਹੁੰਦਾ ਅਤੇ ਇੱਥੋਂ ਦਾ ਇਹੋ ਜਿਹਾ ਚੱਕਾ ਵਾਕਾ ਸੋਹਣੀ ਇਹਨਾਂ ਦਾ ਪਿੰਡ ਇਹ ਆ ਜੀ ਤੁਰਤਕ ਵਿਲੇਜ ਤੁਰਤਕ ਵਿਲੇਜ ਦੇ ਹਸੀਨ ਨਜ਼ਾਰੇ ਇੰਜੋਏ ਕਰਦੇ ਹੋਏ ਲੱਭ ਰਹੇ ਹਾਂ ਟਿਕਾਣਾ ਅੱਜ ਰਾਤ ਦਾ ਸੋਚਿਆ ਵੀ ਆਏ ਤਾਂ ਹੈ ਵੀ ਹੁਣ ਗੱਡੀ ਦੀ ਥਕਾਵਟ ਕੱਲ੍ਹ ਅਸੀਂ ਚਲਾਉਣੀ ਹੈ ਗੱਡੀ 400 ਕਿਲੋਮੀਟਰ ਪੈਂਗੋਂਗ ਲੇਕ ਤੱਕ ਗੱਡੀ ਦੇ ਹਿਸਾਬ ਦੇ ਨਾਲ ਚੱਲਦੇ ਹੋਏ ਇੱਥੋਂ ਦਾ ਝਾਕਾ ਪਾਕਾ ਤੁਹਾਨੂੰ ਦਿਖਾਉਣੇ ਆ ਗੱਡੀ ਕੱਲ੍ਹ 400 ਕਿਲੋਮੀਟਰ ਚੱਲਣ ਦੇ ਕਾਰਨ ਅੱਜ ਰੈਸਟ ਦੀ ਖਾਸ ਆ ਲੋੜ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਭਾਈ ਤੁਸੀਂ ਕਹਿੰਦੇ ਹੋ ਇਹੋ ਜਿਹੇ ਕੰਪਲੀਕੇਟਡ ਵਰਡਸ ਪਤਾ ਨਹੀਂ ਕਿੱਥੋਂ ਨਿਕਲੇ ਆਉਂਦੇ ਨੇ ਅਤੇ ਅਦਰਵਾਈਜ਼ ਅਸੀਂ ਗੱਡੀ 'ਚ ਵੀ ਸਟੇਅ ਕਰ ਸਕਦੇ ਸਾਡੇ ਕੋਲ ਸਟੇਅ ਹੈਗੀ ਉਹਦੇ ਵਿੱਚ ਪਾਰਕਿੰਗ ਦਾ ਇਸ਼ੂ ਦੇਖਣ ਵੀ ਪਾਰਕਿੰਗ ਕਿੱਥੇ ਮਿਲ ਜਾਵੇ ਈਜ਼ੀਲੀ ਕਿਉਂਕਿ ਪਾਰਕਿੰਗ ਇੱਥੇ ਢਲਾਣ ਆ ਇੱਦਾਂ ਆ ਪਿੰਡ ਪਾਰਕਿੰਗ ਢਲਾਣ 'ਚ ਹੋਣ ਕਰਕੇ ਗੱਡੀ ਲਾਉਣੀ ਔਖੀ ਹੈ ਜੇ ਇੱਦਾਂ ਸਿੱਧੀ ਪੱਧਰੀ ਥਾਂ ਮਿਲ ਜਾਵੇ ਤਾਂ ਫਿਰ ਤਾਂ ਠੀਕ ਹੈ ਵੀ ਸਹੀ ਜਗ੍ਹਾ ਨਾ ਲੱਭਣ ਕਰਕੇ ਹੁਣ ਪਿੰਡ ਦੇ ਵਿੱਚ ਆਏ ਹਾਂ ਹੋਮ ਸਟੇ ਨੂੰ ਦੇਖਣ ਹੋਮ ਸਟੇ ਇੱਥੇ ਦੇਖਾਂਗੇ ਆਲਾ ਦੁਆਲਾ ਕਿਤੇ ਮਿਲ ਜਾਵੇ ਭਾਅ ਜੀ ਹੋਮ ਸਟੇ ਇਸਮਾਈਲ ਹੋਮ ਸਟੇ ਕਿੱਧਰ ਹੈ ਕੋਈ ਨਹੀਂ ਜੀ ਪਿੰਡ ਦੀਆਂ ਗਲੀਆਂ ਵਾਚਦੇ ਹੋਏ ਲੱਭਦੇ ਹੋਏ ਇਸਮਾਈਲ ਹੋਮ ਸਟੇ ਪਤਾ ਨਹੀਂ ਕਿੱਥੇ ਰਹਿ ਗਿਆ ਬੰਦਾ ਇਸਮਾਈਲ ਉਹ ਆ ਗਿਆ ਭਾਅ ਜੀ ਸਾਹਮਣੇ ਇੱਥੋਂ ਤਾਂ ਹਿਸਾਬ ਕਿਤਾਬ ਥੋੜ੍ਹਾ ਹੋਰ ਹਿਸਾਬ ਦਾ ਲੋਕ ਇੱਥੇ ਫਰਿੱਜ ਦੇ ਬੰਕਰ ਬਣਾ ਕੇ ਆਪਣੇ ਅਗਲੇ ਸਿਆਲਾਂ ਲਈ ਰੋਟੀ ਟੁੱਪ ਨੂੰ ਸੇਵ ਆ ਕੁਛ ਇਹੋ ਜਿਹਾ ਹਿਸਾਬ ਕਿਤਾਬ ਇਹ ਮਿਲਿਆ ਸਾਨੂੰ ਇੱਥੇ ਹੋਟਲ ਲੱਕੜ ਦਾ ਇਹ ਤਾਂ ਸਾਈਡ ਵਿਊ ਸਵੇਰੇ ਦੇਖਾਵਾਂਗੇ ਤੁਹਾਨੂੰ ਇਹ ਬੈੱਡ ਆ ਇਹਦੀ ਕੋਸਟ ਨਹੀਂ ਦੱਸਣੀ ਅਸੀਂ ਕਿਉਂ ਜੀ ਓਕੇ ਜੀ ਸੋ ਇਹ ਹੈਗਾ ਜੀ ਇੱਥੋਂ ਦਾ ਨੋਮੈਡ ਹੰਗਰੀ ਬੜਾ ਜ਼ਬਰਦਸਤ ਕੈਫੇ ਬਣਾਇਆ ਹੋਇਆ ਐਂ ਨਾਲੇ ਦੇ ਕਿਨਾਰੇ ਉਹ ਸਾਹਮਣੇ ਤੁਸੀਂ ਦੇਖਦੇ ਹੋ ਕਿ ਉਹ ਨਾਲਾ ਆ ਕਿਨਾਰੇ 'ਤੇ ਕੈਫੇ ਆ
ਤੇ ਸਿਟਿੰਗ ਅਰੇਂਜਮੈਂਟ ਪਾ ਕਮਾਲ ਤੇ ਜ਼ਬਰਦਸਤ ਹੈ ਦੇਖਿਆ ਜਾਵੇ ਤੇ ਓਵਰਆਲ ਵਿਊ ਜੇ ਦੇਖਿਆ ਜਾਵੇ ਬਹੁਤ ਘੈਂਟ ਦੇਖ ਰਹੇ ਹੋ ਐਂ ਛਤਰੀ ਦੇ ਛਾਬੇ ਜੇ ਬਣਾ ਕੇ ਡੈਕੋਰੇਟਿਵ ਤਾਂ ਸਮਝ ਲਓ ਵੀ ਕਿਆ ਕੀਤਾ ਹੈ ਇਹਨਾਂ ਨੇ ਡੈਕੋਰੇਸ਼ਨ ਬਹੁਤ ਘੈਂਟ ਕੀਤੀ ਹੈ ਉਹ ਬਾਬਾ ਜੀ ਗੁਰਵਿੰਦਰ ਸਿੰਘ ਜੀ ਸਾਹਮਣੇ ਜੇ ਦਿਨੇ ਹੁੰਦੇ ਸਵੇਰੇ ਤੁਹਾਨੂੰ ਇੱਥੇ ਆ ਕੇ ਬ੍ਰੇਕਫਾਸਟ ਦਾ ਨਜ਼ਾਰਾ ਦਿਖਾਵਾਂਗੇ ਨਾਲੇ ਆਲੇ ਦੁਆਲੇ ਦਾ ਹਾਕਾ ਵਾਕਾ ਸੋ ਇੱਥੇ ਤੱਕ ਦਾ ਵਲੌਗ ਅੱਜ ਗੁੱਡ ਨਾਈਟ 'ਤੇ ਖਤਮ ਕਰਦੇ ਹਾਂ ਡਿਨਰ ਕਰਕੇ ਅਸੀਂ ਆਪਦੇ ਕੰਮੋ ਕਾਮਰਾ 'ਤੇ ਜਾ ਕੇ ਇਸ਼ਕ ਨਿਭਾਵਾਂਗੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ